ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਮੈਂ ਵੀ ਠੀਕ ਠਾਕ ਹਾਂ ਜੀ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ, ਵੀ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਕਰ ਲੈਣਾ ਪੁੱਤ, ਆ ਕੇ ਆ ਪੁੱਤ ਚੈਨਲ ਸਬਸਕ੍ਰਾਈਬ ਕਰ ਲਓ, ਆ ਕਰ ਲਓ, ਕਰ ਲਓ, ਆ ਇੱਧਰ ਆ ਕੇ ਕਰ ਲਓ। ਅਤੇ ਕਰਦੇ ਹਾਂ ਫਿਰ ਅੱਜ ਦੀ ਵੀਡੀਓ ਸ਼ੁਰੂ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ ਜੀ। ਦੇਖੋ ਵੀਡੀਓ, ਇੰਜੋਏ ਕਰੋ। ਲਓ ਜੀ, ਇੱਥੇ ਕਣਕ ਸੀ ਪਹਿਲਾਂ, ਤੁਹਾਨੂੰ ਮੈਂ ਵੀਡੀਓ ਪਾਈ ਸੀ, ਅਤੇ ਹੁਣ ਆਪਾਂ ਕੰਪਿਊਟਰ ਕਰਾ ਦਿੱਤਾ। ਦੇਖੋ ਉਹ ਆਪਣੀ ਮੋਟਰ ਅੱਗੇ, ਆਹ ਦੇਖੋ ਸਾਰਾ ਕੰਪਿਊਟਰ ਕਰਾ ਦਿੱਤਾ ਇੱਥੇ ਨਰਮਾ ਬੀਜਣਾ। ਪਹਿਲਾਂ ਆਪਣੇ 2 ਕਿੱਲੇ ਲੰਮਾ ਖਾਲ ਸੀ, ਉਹ ਉੱਥੇ ਖਾਲ ਹੁੰਦਾ ਸੀ ਅੱਗੇ, ਉਹ ਵੱਟ 'ਤੇ। ਅਤੇ ਆਹ ਦੇਖੋ ਹੁਣ ਨਵਾਂ ਖਾਲ ਪਾਇਆ, ਅਤੇ ਇਹਦੇ ਵਿੱਚ ਆਪਾਂ ਪਾਣੀ ਛੱਡਿਆ ਅੱਜ, ਅਤੇ ਇਹਨੂੰ ਆਪਾਂ ਚੈੱਕ ਕਰਨ ਵਾਸਤੇ ਆਏ ਹਾਂ ਵੀ ਕਿੱਥੋਂ ਕੋਈ ਓਏ ਹੋ। ਆਹ ਦੇਖੋ ਜੀ ਪਾਣੀ ਚੱਲ ਪਿਆ, ਹਜੇ ਤੱਕ ਤਾਂ ਵਧੀਆ ਚੱਲੀ ਆਉਂਦਾ, ਨਾਲ ਤਾਂ ਖਾਲ ਪੱਕ ਜੂਗਾ। ਹਾਂ ਪੁੱਤ, ਕੀ ਹੈ ਕੀ ਹੈ ਕੀ ਹੈ ਇਹ ਕੀ ਹੈ ਮੰਜਾ? ਠੀਕ, ਪੈ ਜਾ ਫਿਰ ਚਾਚਾ, ਉਹ ਕੰਮ ਕਰੀ ਜਾਂਦਾ। ਅਤੇ ਸੂਰਜ ਦੇਖੋ ਜੀ, ਸੂਰਜ ਨਿਕਲਿਆ, ਹਜੇ ਤਕਰੀਬਨ 6:30 ਦਾ ਟਾਈਮ ਹੈ। ਅਤੇ ਆਹ ਦੇਖੋ ਸੂਰਜ, ਪਾਣੀ ਆਪਣਾ ਚੱਲ ਪਿਆ ਖਾਲ ਦੇ ਵਿੱਚ, ਨਵਾਂ ਖਾਲ ਬਣਾਇਆ, ਕਿੱਲਾ ਕਿੱਲਾ ਲੰਮੇ ਕਰੇ, ਇੱਧਰ ਵੀ ਕਿੱਲਾ ਲੰਮੇ ਆ ਅਤੇ ਇੱਧਰ ਵੀ ਕਿੱਲਾ ਲੰਮੇ ਆ। ਨਰਮਾ ਬੀਜਦੇ ਹਾਂ, ਉੱਧਰ ਸਾਈਡ ਨਰਮਾ ਬੀਜੀ ਜਾਂਦੇ ਆ, ਉਹ ਵੀ ਤੁਹਾਨੂੰ ਦਿਖਾਵਾਂਗੇ, ਕੋਸ਼ਿਸ਼ ਕਰੂੰਗਾ ਮੈਂ, ਕਿਉਂਕਿ ਦੁਕਾਨ 'ਤੇ ਕੰਮ ਬਹੁਤ ਹੈ। ਕੀ ਹੈ ਮੌਸਮ ਦੀ ਬਹੁਤ ਵਧੀਆ, ਸਾਰੇ ਪਾਸੇ ਲੋਕਾਂ ਨੇ ਕਣਕਾਂ ਵੱਢਤੀਆਂ, ਤੂੜੀਆਂ ਬਣਾਤੀਆਂ, ਨਰਮੇ ਬੀਜੀ ਜਾਂਦੇ ਆ, ਬਾਹਨ ਸਾਰੇ ਵਿਹਲੇ ਪਏ ਆ, ਮਤਲਬ ਜੋ ਪੇੜ ਪੌਦੇ ਆ ਉਹ ਹੀ ਹਰੇ ਦਿਖ ਰਹੇ ਆ। ਅਤੇ ਪਾਣੀ ਚੱਲ ਰਿਹਾ ਆਪਣਾ, ਇੱਥੇ ਸੀ ਜੀ ਆਪਣਾ ਪੁਰਾਣਾ ਖੂਹ, ਉਹਦੇ ਵਿੱਚ ਮਿੱਟੀ ਪਾਈ ਅਤੇ ਪਾਣੀ ਪਾ ਪਾ ਉਸਨੂੰ ਭਰ ਰਹੇ ਹਾਂ। ਮੈਂ ਦੇਖੋ ਪਾਣੀ ਥੱਲੇ ਜਾ ਰਿਹਾ ਆਟੋਮੈਟਿਕ, ਲਓ ਜੀ ਇੱਥੇ ਆਪਣੀ ਰੌਣੀ ਹੋ ਗਈ ਸੀ, ਅਤੇ ਸਰੋਂ ਸੀ ਇੱਥੇ ਆਪਣੀ, ਪਿਛਲੀ ਵੀਡੀਓ ਵਿੱਚ ਦੇਖਿਆ ਹੁਣ ਕੰਪਿਊਟਰ ਕਰਾ ਕੇ ਰੌਣੀ ਕਰਤੀ ਸੀ, ਅਤੇ ਹੁਣ ਸਪਰੇਅ ਕਰਤੀ ਇੱਕ ਵਾਰੀ ਸੁਹਾਗਾ ਲਾ ਕੇ, ਉਸ ਤੋਂ ਬਾਅਦ ਉੱਤੇ ਇੱਕ ਵਾਰੀ ਫਿਰ ਸੁਹਾਗਾ ਲਾ ਦੇਣਾ, ਸਪਰੇਅ ਕਰੀਏ ਆਪਾਂ ਕੱਖਾਂ ਵਾਸਤੇ, ਜੋ ਕੱਖ ਹੁੰਦੇ ਆ ਨਰਮੇ ਦੇ ਵਿੱਚ ਉਹ ਛੇਤੀ ਨਾ ਉੱਗਰ ਸਕਣ, ਕਿਉਂਕਿ ਕੱਖ ਬਹੁਤ ਔਖੇ ਆ ਕੱਖ ਕੱਢਣੇ। ਅਤੇ ਨਰਮਾ ਬੀਜਾਂਗੇ ਇੱਥੇ ਆਪਾਂ, ਉਹਦੀ ਵੀਡੀਓ ਵੀ ਸ਼ੇਅਰ ਕਰੂੰਗਾ। ਹਾਂ ਦੇਖੋ ਜੀ, ਅਤੇ ਮੌਸਮ ਅੱਜ ਠੰਡਾ ਥੋੜ੍ਹਾ ਜਿਹਾ, ਹਵਾ ਚੱਲ ਰਹੀ ਹੈ, ਉਹ ਦੇਖੋ ਤੁਸੀਂ ਹੱਲ ਰਿਹਾ ਦਰਖਤ ਬੇਰੀ ਦਾ। ਲਓ ਜੀ ਦੂਜੀ ਵਾਰ ਸੁਹਾਗਾ ਲਾ ਰਹੇ ਹਾਂ, ਆਹ ਦੇਖੋ ਚੱਲ ਰਿਹਾ ਟਰੈਕਟਰ, ਅਤੇ ਇਸ ਵਾਰ ਬੀਜਾਂਗੇ, ਸ਼ਾਮ ਨੂੰ ਬੀਜਾਂਗੇ, ਦੂਜੀ ਵਾਰ ਸੁਹਾਗਾ ਲੱਗ ਰਿਹਾ, ਇੱਕ ਵਾਰ ਪਹਿਲਾਂ ਲਾਇਆ ਫਿਰ ਸਪਰੇਅ ਕਰੀ। ਦੇਖੋ ਤੁਸੀਂ ਜੋ ਜੋ ਕੰਮ ਹੋਣਾ ਅੱਜ ਮੈਂ ਕੋਸ਼ਿਸ਼ ਕਰੂੰਗਾ ਦਿਖਾਵਾਂ ਤੁਹਾਨੂੰ, ਅਤੇ ਬਸ ਵੀਡੀਓ ਨੂੰ ਲਾਇਕ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ, ਕਮੈਂਟ ਕਰਦਿਆ ਕਰੋ। ਹੁਣ ਚੱਲਦੇ ਜੀ ਮੰਡੀ, ਮੰਡੀ ਆਏ ਸੀ ਮੋਟਰਾਂ ਸਮਾਨ ਲੈਣ, ਅਤੇ ਹੁਣ ਪੀਂਦੇ ਅਤੇ ਜੂਸ 'ਤੇ ਚੱਲਦੇ ਹਾਂ ਦੁਕਾਨ 'ਤੇ। ਹਾਂਜੀ ਆਪਾਂ ਪਹੁੰਚ ਗਏ ਦੁਕਾਨ ਦੇ ਵਿੱਚ, ਸਵੇਰ ਦੇ ਆਏ ਹਾਂ ਆਪਾਂ 7 ਵਜੇ ਦੇ, ਹੁਣ ਲਾਈਟ ਚਲੀ ਗਈ, ਗਰਮੀ ਹੋ ਗਈ ਹੈ, ਕਿਉਂਕਿ ਸਵੇਰੇ ਸਵੇਰੇ ਕੰਮ ਕਰਨਾ ਹੀ ਠੀਕ ਰਹਿੰਦਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਅਤੇ ਅੱਜ ਆਪਾਂ ਮੋਟਰ ਬੰਨੀ ਹੈ, ਉਸ ਨੂੰ ਦਿਖਾਉਣਾ ਕਿਹੜੀ ਬੰਨੀ ਹੈ, ਅਤੇ ਹੁਣ ਆਪਾਂ ਰੋਟੀ ਖਾਣ ਜਾਂਦੇ ਹਾਂ। ਆਹ ਦੇਖੋ ਜੀ ਕੱਲ੍ਹ ਆਪਾਂ ਸਮਾਨ ਲੈ ਕੇ ਆਏ ਸੀ ਮੰਡੀਆਂ, ਉੱਥੇ ਵੀਡੀਓ ਨਹੀਂ ਬਣੀ, ਇਹਦੇ ਪਰ 2 ਕੁਬੈਲ ਪਾ ਤੇ ਹੈ, ਇਹ ਵੀ ਅੱਜ ਕੰਪਲੀਟ ਕਰਾਂਗੇ। ਅਤੇ ਆਹ ਦੇਖੋ ਮੋਨੋ ਬਲਾਕ ਮੋਟਰ ਅੱਜ ਆਪਾਂ ਵੈਂਡਿੰਗ ਕਰੀਏ, ਕਨੈਕਸ਼ਨ ਵਗੈਰਾ ਬਾਕੀ ਹੈ, ਅਤੇ ਬਾਕੀ ਜੋ ਜੋ ਮੈਂ ਦਿਨ ਦੇ ਵਿੱਚ ਕਰਦਾ, ਜੋ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਤੁਹਾਡੇ ਤੱਕ ਮੈਂ ਸਾਰੀ ਵੀਡੀਓ ਪਹੁੰਚਾ ਸਕਾਂ। ਅਤੇ
तुसी भी लाइक कर लिया करो, शेयर कर दिया करो, कमेंट कर लिया करो। हम चल रहे रोटी खान, तो अज का ब्लॉग अज की वीडियो इतें ही एंड करते हैं। तो जो वीडियो थोड़ी मोटी भी वधिया लगे तो लाइक शेयर कमेंट करके जरूर दस दी, चैनल अपना जरूर सबसक्राइब कर लो। तो होर वीडियो देखने के लिए प्लीज़ चैनल जरूर सबसक्राइब कर लो। जिन्हें भी जाने वीडियो देखते हैं जो को भी नोटिफिकेशन जाता है वीडियो जाती है, प्लीज़ मेरा वीडियो जरूर देखा करो, तो लाइक कराया करो, शेयर कराया करो, कमेंट कराया करो। मिलते हैं किसी अगली वीडियो के, धन्यवाद जी। शुक्रिया मेरे वीडियो देखने वास्ते, धन्यवाद जी।